ਜੇਕਰ ਮਾੜੀ ਮੋਟੀ ਵੀ ਪੰਜਾਬ ਦੇ ਪ੍ਰਤੀ ਉਹਦੀ ਹਮਦਰਦੀ ਆ ਜਾਂ ਇਮਾਨਦਾਰੀ ਆ ਤਾਂ ਖੁੱਲ੍ਹ ਕੇ ਸਾਡੇ ਦੋਨਾਂ ਬਿੱਲਾਂ ਦਾ ਸਮਰਥਨ ਕਰੇ। ਪਰ ਕੈਪਟਨ ਸਾਹਿਬ ਕਹਿੰਦੇ ਨੇ 122 ਦੇ ਬਾਈ ਸਮਝੌਤੇ ਰੱਦ ਨਹੀਂ ਹੋ ਸਕਦੇ, ਸਭ ਪਹਿਲੇ ਕਰਤਾ ਉਹਨਾਂ ਨੇ। ਅਸੀਂ ਉਸ ਬਿੱਲ ਦੇ ਵਿੱਚ, ਅਸੀਂ ਉਹਨਾਂ ਦੋਨਾਂ ਬਿੱਲਾਂ ਦੇ ਵਿੱਚ ਸ਼ਰਾਬ ਦੀ ਕਾਰਪੋਰੇਸ਼ਨ ਕਿਵੇਂ ਬਣਾਉਣੀ ਆ ਸੁਝਾਅ ਦਿੱਤਾ ਗਾ। ਅਸੀਂ ਉਸ ਬਿੱਲ ਦੇ ਵਿੱਚ ਪਾਵਰ ਪਰਚੇਜ ਐਗਰੀਮੈਂਟ ਕਿਵੇਂ ਰੱਦ ਹੋਣਗੇ ਅਸੀਂ ਸੁਝਾਅ ਦਿੱਤਾ ਗਾ। ਤਾਂ ਮੈਂ ਤਾਂ ਕਹਿੰਦਾ ਖੁੱਲ੍ਹ ਕੇ ਚਰਚਾ ਕਰੋ, ਚਰਚਾ ਤੋਂ ਕਿਉਂ ਭੱਜ ਰਹੇ ਨੇਗੇ? ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਕਿਉਂ ਨਹੀਂ ਹਮਾਇਤ ਕਰਦੇ, ਕਿਉਂ ਚਰਚਾ ਤੋਂ ਭੱਜਦੇ ਨੇ? ਇੱਥੋਂ ਪਤਾ ਲੱਗਦਾ ਗਾ ਕਿ ਡਬਲ ਸਟੈਂਡਰਡ ਹੈਗਾ ਨਵਜੋਤ ਸਿੰਘ ਸਿੱਧੂ ਦਾ ਗਾ, ਦੋਹਰੇ ਮਾਪਦੰਡ ਦੇ ਨਵਜੋਤ ਸਿੰਘ ਸਿੱਧੂ ਦੇ। ਜਿਹੜੇ ਅਸੀਂ ਬਿੱਲ ਲਾਉਂਦੇ ਹਾਂ ਉਹਨਾਂ ਦੀ ਚਰਚਾ ਕਰਨਾ ਨਹੀਂ ਚਾਹੁੰਦੇ ਹੈਗੇ, ਵਾਰ ਵਾਰ ਅਖਬਾਰਾਂ 'ਚ ਆ ਕੇ ਅਖਬਾਰੀ ਬਿਆਨ ਦਿੰਦੇ ਰਹਿੰਦੇ ਨੇਗੇ, ਆ ਕੇ ਬੋਲਦੇ ਰਹਿੰਦੇ ਨੇ। ਦੁਬਾਰਾ ਸਰਕਾਰ ਬਣਾਓ, ਫਿਰ ਮੈਂ ਇਹ ਚਰਚਾ ਕਰੂੰਗਾ, ਇਹ ਤੇ ਫਿਰ ਕੋਈ ਡਿਸੀਜਨ ਹੋਏਗਾ। ਦੇਖੋ 2017 'ਚ ਵੀ ਕਿਹਾ ਸੀਗਾ ਕਿ ਮੈਂ ਲਾਸਟ ਜਿਹੜੀ ਇਲੈਕਸ਼ਨ ਲੜ ਰਿਹਾ ਹੈਗਾ, 2017 'ਚ ਵੀ ਪੰਜਾਬ ਦੇ ਲੋਕਾਂ ਨਾਲ ਸੁਨੀਲ ਜਾਖੜ ਜੀ ਨੇ, ਕੈਪਟਨ ਸਾਹਿਬ ਨੇ, ਨਵਜੋਤ ਸਿੰਘ ਸਿੱਧੂ ਨੇ, ਆ ਜਿਹੜੇ ਹੋਰ ਮਿਨਿਸਟਰ ਤੁਰੇ ਫਿਰਦੇ ਨੇ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਪਾਵਰ ਪਰਚੇਜ ਐਗਰੀਮੈਂਟ ਰੱਦ ਹੋਣਗੇ। ਵਾਰ ਵਾਰ ਕਿਹਾ ਸੀਗਾ ਅਸੀਂ ਔਰ ਪੰਜਾਬ 'ਚ ਸਸਤੀ ਬਿਜਲੀ ਦੇਵਾਂਗੇ, ਪਰ ਲੇਕਿਨ ਹੋਇਆ ਕਿ ਸਸਤੀ ਬਿਜਲੀ ਦਾ ਕੀ ਦੇਣੀ ਸੀ, ਰੇਟ ਜਿਹੜੇ ਹੈਗੇ 14 ਵਾਰ ਹੋਰ ਵਧਾਏ ਗਏ, ਔਰ ਪਾਵਰ ਪਰਚੇਜ ਐਗਰੀਮੈਂਟ ਉਸੇ ਤਰ੍ਹਾਂ ਚੱਲ ਰਹੇ ਨੇ ਕਿ ਬਿਜਲੀ ਮਾਫੀਆ ਉਸੇ ਤਰ੍ਹਾਂ ਪੰਜਾਬ ਚੱਲ ਰਿਹਾ ਹੈਗਾ। ਕਿਹਾ ਸੀਗਾ ਕਿ ਸ਼ਰਾਬ ਦੀ ਕਾਰਪੋਰੇਸ਼ਨ ਬਣਾਵਾਂਗੇ, ਪੰਜਾਬ ਦੇ ਮਾਲੀਏ 'ਚ ਵਾਧਾ ਕਰਾਂਗੇ, ਪੰਜਾਬ ਦਾ ਖਜ਼ਾਨਾ ਭਰਾਂਗੇ। ਉਸੇ ਤਰ੍ਹਾਂ ਜਿਵੇਂ ਸੁਖਬੀਰ ਸਿੰਘ ਬਾਦਲ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮਾਫੀਆ ਚਲਾਉਂਦੀ ਸੀ, ਅੱਜ ਉਸੇ ਤਰ੍ਹਾਂ ਮਾਫੀਆ ਚੱਲ ਰਿਹਾ, ਸ਼ਰਾਬ ਦਾ ਮਾਫੀਆ ਵੀ ਚੱਲ ਰਿਹਾ, ਰੇਤ ਦਾ ਵੀ ਮਾਫੀਆ ਚੱਲ ਰਿਹਾ। ਬਿਲਕੁਲ, ਪੰਜਾਬ ਜਿਹੜੀ ਸਾਡੀ ਕਮੇਟੀ ਆ ਉਹਦੇ ਵਿੱਚ ਫੈਸਲਾ ਹੋਇਆ ਗਾ ਕਿ ਅਗਲੇ 15 ਤੋਂ 20 ਦਿਨਾਂ ਦੇ ਵਿੱਚ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੋਊਗਾ। ਇਸ ਗੱਲ ਦਾ ਭਰੋਸਾ ਮੈਨੂੰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਬਿਠਾਇਆ। 3 ਤੋਂ 4 ਦਿਨ ਦਾ ਸੈਸ਼ਨ ਹੋਊਗਾ। ਦੇਖੋ, ਅਸੀਂ ਤਾਂ ਮੰਗ ਕਰਦੇ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ 15 ਦਿਨ ਦਾ ਹੋਣਾ ਚਾਹੀਦਾ ਔਰ ਲਾਈਵ ਹੋਣਾ ਚਾਹੀਦਾ। ਜੇਕਰ ਮਾੜੀ ਮੋਟੀ ਵੀ ਪੰਜਾਬ ਦੇ ਪ੍ਰਤੀ ਉਹਦੀ ਹਮਦਰਦੀ ਆ ਜਾਂ ਇਮਾਨਦਾਰੀ ਆ ਤਾਂ ਖੁੱਲ੍ਹ ਕੇ ਸਾਡੇ ਦੋਨਾਂ ਬਿੱਲਾਂ ਦਾ ਸਮਰਥਨ ਕਰੇ। ਪਰ ਕੈਪਟਨ ਸਾਹਿਬ ਕਹਿੰਦੇ ਨੇ ਕਿ 122 ਦੇ ਬਾਈ ਸਮਝੌਤੇ ਰੱਦ ਨਹੀਂ ਹੋ ਸਕਦੇ, ਸਭ ਪਹਿਲੇ ਕਰਤਾ ਉਹਨਾਂ ਨੇ। ਅਸੀਂ ਉਸ ਬਿੱਲ ਦੇ ਵਿੱਚ, ਅਸੀਂ ਉਹਨਾਂ ਦੋਨਾਂ ਬਿੱਲਾਂ ਦੇ ਵਿੱਚ ਸ਼ਰਾਬ ਦੀ ਕਾਰਪੋਰੇਸ਼ਨ ਕਿਵੇਂ ਬਣਾਉਣੀ ਆ ਸੁਝਾਅ ਦਿੱਤਾ ਗਾ। ਅਸੀਂ ਉਸ ਬਿੱਲ ਦੇ ਵਿੱਚ ਪਾਵਰ ਪਰਚੇਜ ਐਗਰੀਮੈਂਟ ਕਿਵੇਂ ਰੱਦ ਹੋਣਗੇ ਅਸੀਂ ਸੁਝਾਅ ਦਿੱਤਾ ਗਾ। ਤਾਂ ਮੈਂ ਤਾਂ ਕਹਿੰਦਾ ਖੁੱਲ੍ਹ ਕੇ ਚਰਚਾ ਕਰੋ, ਚਰਚਾ ਤੋਂ ਕਿਉਂ ਭੱਜ ਰਹੇ ਨੇਗੇ? ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਕਿਉਂ ਨਹੀਂ ਹਮਾਇਤ ਕਰਦੇ, ਕਿਉਂ ਚਰਚਾ ਤੋਂ ਭੱਜਦੇ ਨੇ? ਇੱਥੋਂ ਪਤਾ ਲੱਗਦਾ ਗਾ ਕਿ ਡਬਲ ਸਟੈਂਡਰਡ ਹੈਗਾ ਨਵਜੋਤ ਸਿੰਘ ਸਿੱਧੂ ਦਾ ਗਾ, ਦੋਹਰੇ ਮਾਪਦੰਡ ਦੇ ਨਵਜੋਤ ਸਿੰਘ ਸਿੱਧੂ ਦੇ। ਜਿਹੜੇ ਅਸੀਂ ਬਿੱਲ ਲਾਉਂਦੇ ਹਾਂ ਉਹਨਾਂ ਦੀ ਚਰਚਾ ਕਰਨਾ ਨਹੀਂ ਚਾਹੁੰਦੇ ਹੈਗੇ, ਵਾਰ ਵਾਰ ਅਖਬਾਰਾਂ 'ਚ ਆ ਕੇ ਅਖਬਾਰੀ ਬਿਆਨ ਦਿੰਦੇ ਰਹਿੰਦੇ ਨੇਗੇ, ਆ ਕੇ ਬੋਲਦੇ ਰਹਿੰਦੇ ਨੇ। ਦੁਬਾਰਾ ਸਰਕਾਰ ਬਣਾਓ, ਫਿਰ ਮੈਂ ਇਹ ਚਰਚਾ ਕਰੂੰਗਾ, ਇਹ ਤੇ ਫਿਰ ਕੋਈ ਡਿਸੀਜਨ ਹੋਏਗਾ। ਦੇਖੋ, 2017 'ਚ ਵੀ ਕਿਹਾ ਸੀਗਾ ਕਿ ਮੈਂ ਲਾਸਟ ਜਿਹੜੀ ਇਲੈਕਸ਼ਨ ਲੜ ਰਿਹਾ ਹੈਗਾ, 2017 'ਚ ਵੀ ਪੰਜਾਬ ਦੇ ਲੋਕਾਂ ਨਾਲ ਸੁਨੀਲ ਜਾਖੜ ਜੀ ਨੇ, ਕੈਪਟਨ ਸਾਹਿਬ ਨੇ, ਨਵਜੋਤ ਸਿੰਘ ਸਿੱਧੂ ਨੇ, ਆ ਜਿਹੜੇ ਹੋਰ ਮਿਨਿਸਟਰ ਤੁਰੇ ਫਿਰਦੇ ਨੇ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਪਾਵਰ ਪਰਚੇਜ ਐਗਰੀਮੈਂਟ ਰੱਦ ਹੋਣਗੇ। ਵਾਰ ਵਾਰ ਕਿਹਾ ਸੀਗਾ ਅਸੀਂ ਔਰ ਪੰਜਾਬ 'ਚ ਸਸਤੀ ਬਿਜਲੀ ਦੇਵਾਂਗੇ, ਪਰ ਲੇਕਿਨ ਹੋਇਆ ਕਿ ਸਸਤੀ ਬਿਜਲੀ ਦਾ ਕੀ ਦੇਣੀ ਸੀ, ਰੇਟ ਜਿਹੜੇ ਹੈਗੇ 14 ਵਾਰ ਹੋਰ ਵਧਾਏ ਗਏ, ਔਰ ਪਾਵਰ ਪਰਚੇਜ ਐਗਰੀਮੈਂਟ ਉਸੇ ਤਰ੍ਹਾਂ ਚੱਲ ਰਹੇ ਨੇ ਕਿ ਬਿਜਲੀ ਮਾਫੀਆ ਉਸੇ ਤਰ੍ਹਾਂ ਪੰਜਾਬ ਚੱਲ ਰਿਹਾ ਹੈਗਾ। ਕਿਹਾ ਸੀਗਾ ਕਿ ਸ਼ਰਾਬ ਦੀ ਕਾਰਪੋਰੇਸ਼ਨ ਬਣਾਵਾਂਗੇ, ਪੰਜਾਬ ਦੇ ਮਾਲੀਏ 'ਚ ਵਾਧਾ ਕਰਾਂਗੇ, ਪੰਜਾਬ ਦਾ ਖਜ਼ਾਨਾ ਭਰਾਂਗੇ। ਉਸੇ ਤਰ੍ਹਾਂ ਜਿਵੇਂ ਸੁਖਬੀਰ ਸਿੰਘ ਬਾਦਲ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮਾਫੀਆ ਚਲਾਉਂਦੀ ਸੀ, ਅੱਜ ਉਸੇ ਤਰ੍ਹਾਂ ਮਾਫੀਆ ਚੱਲ ਰਿਹਾ, ਸ਼ਰਾਬ ਦਾ ਮਾਫੀਆ ਵੀ ਚੱਲ ਰਿਹਾ, ਰੇਤ ਦਾ ਵੀ ਮਾਫੀਆ ਚੱਲ ਰਿਹਾ। ਬਿਲਕੁਲ, ਪੰਜਾਬ ਜਿਹੜੀ ਸਾਡੀ ਕਮੇਟੀ ਆ ਉਹਦੇ ਵਿੱਚ ਫੈਸਲਾ ਹੋਇਆ ਗਾ ਕਿ ਅਗਲੇ 15 ਤੋਂ 20 ਦਿਨਾਂ ਦੇ ਵਿੱਚ ਦੁਬਾਰਾ ਪੰਜਾਬ ਦੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੋਊਗਾ। ਇਸ ਗੱਲ ਦਾ ਭਰੋਸਾ ਮੈਨੂੰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਬਿਠਾਇਆ। 3 ਤੋਂ 4 ਦਿਨ ਦਾ ਸੈਸ਼ਨ ਹੋਊਗਾ। ਦੇਖੋ, ਅਸੀਂ ਤਾਂ ਮੰਗ ਕਰਦੇ ਹਾਂ ਕਿ ਵਿਧਾਨ ਸਭਾ ਦਾ ਸੈਸ਼ਨ 15 ਦਿਨ ਦਾ ਹੋਣਾ ਚਾਹੀਦਾ ਔਰ ਲਾਈਵ ਹੋਣਾ ਚਾਹੀਦਾ।